ਫਾਜ਼ਿਲਕਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਸ਼ਹਿਰ ਵਿੱਚ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਚੋਰਾਂ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਕਈ ਚੋਰ ਫੜੇ ਗਏ ਹਨ, ਜਿਨ੍ਹਾਂ ਤੋਂ ਮੋਟਰਸਾਈਕਲ, 4 ਮੋਬਾਈਲ ਅਤੇ ਹੋਰ ਵੀ ਸਮਾਨ ਬਰਾਮਦ ਕੀਤਾ ਗਿਆ ਹੈ। ਥਾਣਾ ਸਿਟੀ ਦੇ ਪ੍ਰਭਾਰੀ ਬਚਨ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਤੋਂ ਚੋਰੀ ਦਾ ਮੋਟਰਸਾਈਕਲ ਅਤੇ 2 ਯੁਵਕਾਂ ਤੋਂ ਚੋਰੀ ਦੇ 2 ਮੋਬਾਈਲ ਵੀ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 2 ਅਲੱਗ ਮਾਮਲੇ ਦੇ ਵਿੱਚ 2 ਹੋਰ ਯੁਵਕਾਂ ਤੋਂ ਚੋਰੀ ਦੇ ਮੋਬਾਈਲ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਰੋਕਣ ਦੇ ਲਈ ਪੁਲਿਸ ਵੱਲੋਂ ਰਾਤ ਦੀ ਗਸ਼ਤ ਵੀ ਜਾਰੀ ਕਰ ਦਿੱਤੀ ਗਈ ਹੈ ਅਤੇ ਲਗਾਤਾਰ ਗਸ਼ਤ ਕਰਕੇ ਚੋਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਅਸੀਂ ਮਿਤੀ 22 ਨੂੰ ਇੱਕ ਮੋਟਰਸਾਈਕਲ ਚੋਰ ਰਵੀ ਸ਼ੰਕਰ ਨੂੰ ਗ੍ਰਿਫਤਾਰ ਕੀਤਾ, ਜਿਹਦੇ ਕੋਲ ਇੱਕ ਮੋਟਰਸਾਈਕਲ ਬਰਾਮਦ ਆਇਆ ਅਤੇ ਉਹਦਾ ਬ੍ਰਦਰ ਕੋਲ ਹੋਰ ਮੋਟਰਸਾਈਕਲ ਸੀ, ਉਹ ਦੌੜ ਗਿਆ। ਜਿਹਨੂੰ ਅਸੀਂ ਕੋਰਟ 'ਚ ਪੇਸ਼ ਕੀਤਾ ਅਤੇ ਉਹਦਾ ਮਾਨਸਾ ਨੂੰ ਮਿਲਿਆ ਨਹੀਂ। ਉਸ ਦੇ ਦੂਸਰੇ ਭਰਾ ਨੂੰ ਜਲਦੀ ਫੜ ਕੇ ਉਹਦੇ ਕੋਲ ਜਿਹੜੇ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਣਗੇ ਉਹ ਕਰਾਂਗੇ। ਇਸ ਤੋਂ ਇਲਾਵਾ ਮੁਕੱਦਮਾ ਨੰਬਰ 203-379-411 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜਿਹਨਾਂ ਕੋਲ 2 ਮੋਬਾਈਲ ਵੀਵੋ ਦੇ ਬਰਾਮਦ ਹੋਏ ਨੇ। ਉਹਨਾਂ ਨੂੰ ਕੋਰਟ ਪੇਸ਼ ਕੀਤਾ ਗਿਆ, ਉਹਨਾਂ ਦਾ ਰਿਮਾਂਡ ਨਹੀਂ ਮਿਲਿਆ। ਦੁਬਾਰਾ ਇਹਨਾਂ 'ਤੇ ਨਿਗਰਾਨੀ ਰੱਖੀ ਜਾਊਗੀ। ਇਸ ਤੋਂ ਇਲਾਵਾ ਮੁਕੱਦਮਾ ਨੰਬਰ 204-379-B, ਇਹ 2 ਨੌਜਵਾਨ ਮੁੰਡੇ ਆ ਅਬੋਹਰ ਦੇ, ਇਹ ਲੋਕਾਂ ਕੋਲ ਮੋਬਾਈਲ ਵਗੈਰਾ ਖੋਲ੍ਹ ਕੇ ਅੱਗੇ ਵੇਚ ਕੇ ਆਪਣਾ ਨਸ਼ਾ ਵਗੈਰਾ ਪੂਰਾ ਕਰਦੇ ਹਨ। ਇਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ, ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਇਹਨਾਂ ਕੋਲ ਹੋਰ ਬਰਾਮਦ ਕਰਾਵਾਂਗੇ। 4 ਮੋਬਾਈਲ ਬਰਾਮਦ ਅਸੀਂ ਕੀਤੇ ਨੇ, ਇੱਕ ਮੋਟਰਸਾਈਕਲ ਕੀਤਾ ਅਤੇ ਬਾਕੀ ਇਹਨਾਂ ਤੋਂ ਕੁਛ ਜਿਹੜੇ ਨਾਮਜ਼ਦ 2 ਦੋਸ਼ੀ ਹੋਏ ਆ ਉਹਨਾਂ ਦੇ ਉੱਤੇ ਰੇਡ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਲਦੀ ਹੋਰ ਕਰਾਂਗੇ। ਇਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਗਸ਼ਤਾਂ 3 ਰਾਤ ਨੂੰ 4 ਦਿਨ ਤਹਿਨ ਕੀਤੀਆਂ ਹੋਈਆਂ। ਜਲਦੀ ਜਿਹੜੇ ਚੋਰ ਵਗੈਰਾ ਗਿਆ ਜਾਂ ਸਨੈਚਰੇ ਗਿਆ ਉਹਨਾਂ ਨੂੰ ਫੜ ਕੇ ਜਲਦੀ ਜੇਲ੍ਹ 'ਚ ਭੇਜਾਂਗੇ। ਇੱਕ ਦੁਕਾਨਦਾਰ ਹੈਗਾ ਜਿਹੜਾ ਮੋਬਾਈਲ ਚੋਰੀ ਦੇ ਖਰੀਦਦਾ, 2-3 ਤੋਂ ਉਹਦੀ ਦੁਕਾਨ ਬੰਦ ਹੈ, ਉਹ ਵੀ ਜਦੋਂ ਦੁਕਾਨ ਖੁੱਲੂਗਾ ਉਹਨੂੰ ਗ੍ਰਿਫਤਾਰ ਕਰਕੇ ਇਹਦੀ ਪੁੱਛਗਿੱਛ ਕੀਤੀ ਜਾਊਗੀ ਕਿ ਬਰਾਮਦ ਕਰਾਇਆ। ਇਹ ਨਸ਼ੇ ਕਰਕੇ ਚੋਰੀਆਂ ਕਰਦੇ ਸੀ? ਨਸ਼ਾ ਕਰਦੇ ਆ ਹੋਰ, ਬਾਕੀ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਪਰ ਰਿਮਾਂਡ ਮਿਲਿਆ ਨਹੀਂ ਸਾਨੂੰ, ਜਿਸ ਕਰਕੇ ਕੰਪਲੇਂਟ ਪੁੱਛਗਿੱਛ ਨਹੀਂ। ਫਾਜ਼ਿਲਕਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਫੜੇ ਗਏ ਚੋਰ ਗਰੋਹ ਦੇ ਮੈਂਬਰਾਂ ਨੇ ਮੰਨਿਆ ਕਿ ਉਹ ਨਸ਼ੇ ਦੀ ਪੂਰਤੀ ਦੇ ਲਈ ਇਹ ਚੋਰੀ ਦੀਆਂ ਘਟਨਾਵਾਂ ਕਰਦੇ ਸਨ। ਉਹਨਾਂ ਨੇ ਦੱਸਿਆ ਕਿ ਨਸ਼ੇ ਦੇ ਕਾਰਨ ਹੀ ਉਹਨਾਂ ਨੂੰ ਇਹ ਚੋਰੀ ਦੀਆਂ ਘਟਨਾਵਾਂ ਕਰਨੀਆਂ ਪੈਂਦੀਆਂ ਸੀ ਅਤੇ ਉਹ ਚੋਰੀ ਕੀਤੇ ਗਏ ਸਮਾਨ ਨੂੰ ਵੇਚ ਕੇ ਨਸ਼ਾ ਖਰੀਦਦੇ ਸਨ ਅਤੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਸਨ। ਇਹਨਾਂ ਨੇ ਦੱਸਿਆ ਕਿ ਲੋਕਡਾਊਨ ਨੇ ਉਹਨਾਂ ਨੂੰ ਚੋਰ ਬਣਾ ਦਿੱਤਾ ਹੈ, ਇਸ ਤੋਂ ਪਹਿਲਾਂ ਉਹ ਆਪਣਾ ਕਾਰੋਬਾਰ ਕਰਕੇ ਨਸ਼ੇ ਦੀ ਪੂਰਤੀ ਕਰ ਲੈਂਦੇ ਸਨ, ਲੇਕਿਨ ਲੋਕਡਾਊਨ ਦੇ ਚੱਲਦਿਆਂ ਉਹਨਾਂ ਦਾ ਕਾਰੋਬਾਰ ਬੰਦ ਹੋ ਗਿਆ ਅਤੇ ਨਸ਼ੇ ਦੇ ਲਈ ਉਹਨਾਂ ਨੂੰ ਇਹ ਚੋਰੀ ਦੀਆਂ ਘਟਨਾਵਾਂ ਕਰਨੀਆਂ ਪਈਆਂ। ਮੋਬਾਈਲ 2 ਬਰਾਮਦ ਹੋਏ ਨਾਲ ਆਉਂਦਾ ਸੀ ਮੁੰਡੇ ਦੇ, ਗੋਲੀਆਂ ਟੀਕੇ ਟੂਕੇ ਲਾਉਂਦਾ ਨਸ਼ੇ ਦੇ ਕਰਕੇ। ਅੱਜ ਜਦੋਂ ਦਾ ਲੋਕਡਾਊਨ ਲੱਗਿਆ ਸਰ ਜੀ, ਮੈਂ ਤਾਂ 8-10 ਦਿਨ ਹੋ ਗਏ ਇਹਦੇ ਨਾਲ ਆਏ, ਕਹਾਣੀ ਨੂਡਲ ਬਰਗਰ ਦੀ ਅਤੇ ਲੋਕਡਾਊਨ ਕਰਕੇ ਬੰਦ ਕੀਤਾ। ਪਹਿਲਾਂ ਉੱਥੇ ਸੂਰਤਗੜ੍ਹ ਗਏ ਸੀ, ਉਦੋਂ ਕੱਟੀ ਕੁੱਟੀ ਜੇਬ ਜੀ ਉਹ ਮੈਂ ਟੀਕੇ ਟੂਕੇ ਲਾ ਗਏ ਸੀਗੇ ਜੀ ਚਿੱਟੇ ਦੇ ਜੀ, ਅਤੇ ਕੋਈ ਗੰਗਾਨਗਰ ਕੱਟੀ ਜੀ ਇੱਕ ਅੱਧੀ ਵਾਰੀ ਜੀ, ਅਤੇ ਆਹ ਹੁਣ ਮੋਬਾਈਲ ਜੀ ਚੋਰੀ ਕੀਤੇ ਜੀ 2 ਜੀ ਇੱਥੋਂ ਸੋਹਰਾ ਸੈਂਟਰ 'ਚੋਂ ਜੀ ਫਾਜ਼ਿਲਕਾ ਤੋਂ, ਅਤੇ ਜੀ ਇਹ ਬਰਾਮਦ ਕਰਾ ਦਿੱਤੇ ਜੀ। ਉਹਨਾਂ ਦਾ ਨਹੀਂ ਪਤਾ ਸਾਡੀ ਉੱਥੇ ਸਕਸਪਲਾਈ ਕਿੱਥੇ ਕਰ, ਅਸੀਂ ਤਾਂ ਦੇ ਦਿੰਦੇ ਸੀ ਹਰ ਜੀ ਹੁੰਦਾ ਉਹ ਸਾਨੂੰ ਨਹੀਂ ਪਤਾ ਜੀ। ਅਸੀਂ ਜੀ 4 ਜਣੇ ਹੈਗੇ ਸੀਗੇ ਜੀ, 2 ਦਾ ਜੀ ਅਸਪੈਂਡ ਹੋਏ ਪਏ ਨੇ ਜੀ, ਬਿਮਾਰੀਆਂ ਲੱਗੀਆਂ ਪਈਆਂ ਉਹਨਾਂ ਨੂੰ ਜੀ ਟੀਵੀ ਦੀਆਂ ਜੀ, ਅਤੇ 2 ਅਸੀਂ ਪਕੜੇ ਗਏ ਜੀ। ਨਸ਼ੇ ਕਰਕੇ ਸਾਰਾ ਕੰਮ ਕਰ ਰਹੇ ਹੋ? ਹਾਂਜੀ ਸਰ ਜੀ। ਨਸ਼ਾ ਕਿੰਨੇ ਸਮੇਂ ਤੋਂ ਕਰ ਰਹੇ ਹੋ? ਆਹ ਲੋਕਡਾਊਨ ਜਦੋਂ ਮੈਂ ਲੱਗਿਆ ਸਰ ਜਦੋਂ ਦਾ ਜੀ। ਨਸ਼ਾ ਵੀ ਉਦੋਂ ਕਰਨ ਲੱਗੇ? ਹਾਂਜੀ ਸਰ ਜੀ। ਫਾਜ਼ਿਲਕਾ ਦੇ ਸਿੱਧ ਸ਼੍ਰੀ ਹਨੂੰਮਾਨ ਮੰਦਿਰ ਦੇ ਨੇੜੇ ਮੁਲਤਾਨੀ ਚੁੰਗੀ ਦੇ ਕੋਲ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਉਸ ਦੇ ਕੋਲੋਂ ਨਗਦੀ ਛੀਨਣ ਦੇ ਆਰੋਪ ਦੇ ਵਿੱਚ ਪੁਲਿਸ ਵੱਲੋਂ 8 ਜਣਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਸੰਦੀਪ ਸਿੰਘ ਉਰਫ ਨਸੀਬ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਆਵਾ ਕਲੋਨੀ ਨੇ ਕਿਹਾ ਸੀ ਕਿ ਬੋਬੀ ਪੁੱਤਰ ਭੁਪਿੰਦਰ ਸਿੰਘ ਵਾਸੀ ਤਿੰਗੜਾ ਕਲੋਨੀ, ਅਨਮੋਲ ਸਿੰਘ ਉਰਫ ਟੁੰਡਾ ਸਾਗਰ, ਕਮਲ ਸੰਧੂ, ਸੰਦੀਪ ਸਿੰਘ ਉਰਫ ਸੋਨੂੰ, ਕਰਨ ਲਚਰੀ ਪੁੱਤਰ ਅਵਤਾਰ ਸਿੰਘ, ਅਨੂ ਪੁੱਤਰ ਨਾਮਾਲੂਮ ਵਾਸੀ ਕਸ਼ਪ ਕਲੋਨੀ ਫਾਜ਼ਿਲਕਾ, ਜੱਸੀ ਰਾਏ ਪੁੱਤਰ ਜੀਤਜੀਤ ਸਿੰਘ ਵਾਸੀ ਅਨੰਦਪੁਰ ਮੁੱਲਾ ਅਤੇ ਇੱਕ ਨਾਮਾਲੂਮ ਵਿਅਕਤੀ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ
उसका परस अते मोबाइल भी खो लिया गया। वजह रंजिश पुराना झगड़ा दसी जा रही है, जिस ते पुलिस ने तारा 307, 379B, 323, 148 अते 149 के तहत मुकदमा दर्ज कर लिया है। मामले की जाँच बलकार सिंह ASI वालों की जा रही है। फाजिलका पिंड बन वाला हनवंता दे विच एक व्यक्ति नू थाना सदर पुलिस वालों दड़ा सट्टा लगाउण दे आरोप दे विच गिरफ्तार किया गया, जिस नू बाद दे विच बर जमानत रिहा कर दिता गया। जानकारी देंदे होए थाना सदर दे SHO जतिंदर सिंह ने दस्या कि पुलिस नू इतला मिली कि पिंड बन वाला हनवंता दे विच एक व्यक्ति दड़ा सट्टा लगाउण दा काम करता है, जिस ते पुलिस ने रेड करके उस नू गिरफ्तार कर लिया ते उस तों 2930 रुपए की राशि बरामद की। उन्हां दस्या कि आरोपी की पहचान भजन लाल पुत्र लक्ष्मण दास वासी बनवाल हनवंता के रूप में हुई, जिस नू बाद दे विच जमानत ते रिहा कर दिता गया। उन्हां दस्या कि इस दे खिलाफ़ तारा 13A 367 के तहत परचा दर्ज कर लिया गया है।